ਸਿੱਧਕਦੀਪ ਸਿੰਘ ਚਾਹਲ ਨੇ ਦੁਨੀਆ ਭਰ ਦੇ ਟੀਨੇਜਰ ਮੁੰਡਿਆਂ ਵਿੱਚੋਂ ਸਭ ਤੋਂ ਲੰਬੇ ਵਾਲਾਂ ਦਾ ਵਿਸ਼ਵ ਰਿਕਾਰਡ ਬਣਾਇਆ ਹੈ 15 ਵਰਿਆਂ ਦੇ ਇਸ ਸਿੱਖ ਮੁੰਡੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਕੇਸ ਕਤਲ ਨਹੀਂ ਕਰਵਾਏ ਹਨ ਗੀਲਿਸ ਵਰਲਡ ਰਿਕਾਰਡ ਨੇ 14 ਸਤੰਬਰ ਨੂੰ ਉਸ ਦੀ ਜਾਣ ਪਛਾਣ ਕਰਾਉਂਦਿਆਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਿਸ ਵਿੱਚ ਸਿੱਧਕਦੀਪ ਕਹਿੰਦਾ ਹੈ ਲੋਕ ਕਹਿੰਦੇ ਹਨ ਕਿ ਮੇਰੇ ਵਾਲ ਬਹੁਤ ਲੰਬੇ ਬਹੁਤ ਸੰਘੜੇ ਹਨ ਕਾ ਸਾਡੇ ਵਾਲ ਵੀ ਇਸ ਤਰ੍ਹਾਂ ਦੇ ਹੁੰਦੇ ਗਿਨੈਸ ਬੁੱਕ ਆਫ ਰਿਕਾਰਡਸ ਅਨਸਾਰ ਸਿਦਕਦੀਪ ਤੇ ਬਾੜ 146 ਸੈਂਟੀਮੀਟਰ ਜਾਂ ਲਗਭਗ 4 ਫੁੱਟ ਅਤੇ 9.5 ਇੰਚ ਲੰਬੇ ਹਨ ਸਿੱਖ ਹੁੰਦੇ ਨਾਤੇ ਚਾਹਲ ਦੇ ਮਾਤਾ ਪਿਤਾ ਨੇ ਕਦੇ ਵੀ ਉਸਦੇ ਕੇਸ ਨਹੀਂ ਕੱਟੇ ਅਤੇ ਉਹ ਵੀ ਹੁਣ ਇਸਦਾ ਪਾਲਣ ਕਰਦਾ ਹੈ ਸਿੱਖ ਸਿਧਾਂਤਾਂ ਬਾਰੇ ਦੁਨੀਆ ਨੂੰ ਦੱਸਦੇ ਆ ਉਹ ਕਹਿੰਦਾ ਹੈ ਮੈਂ ਸਿੱਖ ਧਰਮ ਨੂੰ ਮੰਨਦਾ ਹਾਂ ਤੇ ਸਾਨੂੰ ਆਪਣੇ ਕੇਸ ਕੱਟਣ ਦੀ ਮਨਾਈ ਹੈ ਸੇਕ ਧਰਮ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਇਹ ਵੀ ਹੈ ਕਿ ਕਦੀ ਵੀ ਆਪਣੇ ਕੇਸ ਨਾ ਕਟੋ ਕਿਉਂਕਿ ਇਹ ਪਰਮਾਤਮਾ ਵੱਲੋਂ ਇੱਕ ਦਿੱਤਾ ਹੋਇਆ ਤੋਹਫਾ ਹੈ ਵੀਡੀਓ ਵਿੱਚ ਦਿਸਦਾ ਹੈ ਕਿ ਕਿਵੇਂ ਸਿਦਕਦੀਪ ਸਿੰਘ ਦੀ ਮਾਤਾ ਉਸਦੇ ਕੇਸਾਂ ਦਾ ਜੂڑا ਕਰ ਰਹੀ ਹੈ ਉਸਦੇ ਸਿਰ ਤੇ ਪਟਕਾ ਬੰਨਦੀ ਹੈ ਸਿਦਕਦੀਪ ਸਿੰਘ ਦੱਸਦਾ ਹੈ ਕਿ ਇੰਨੇ ਲੰਬੇ ਕੇਸਾਂ ਨੂੰ ਸਿਰਫ ਧੋਣ ਵਿੱਚ ਉਸਦੇ ਲਗਭਗ 20 ਮਿੰਟ ਲੱਗਦੇ ਹਨ ਅਤੇ ਸੁੱਕਣ ਦੇ ਲਈ ਅੱਧਾ ਘੰਟੇ ਦਾ ਸਮਾਂ ਲੱਗਦਾ ਹੈ ਇਸ ਤੋਂ ਬਾਅਦ ਕੇਸ ਬੌਂਡ ਦੇ ਵਿੱਚ 10 ਤੋਂ 15 ਮਿੰਟ ਲੱਗਦੇ ਹਨ ਸਿਦਕਦੀਪ ਦਾ ਕਹਿਣਾ ਹੈ ਕਿ ਮੇਰੀ ਮਾਂ ਨੇ ਇਸ ਕੰਮ ਦੇ ਵਿੱਚ ਮੇਰੀ ਮਦਦ ਕੀਤੀ ਕਿਉਂਕਿ ਇੰਨੇ ਲੰਬੇ ਕੇਸਾਂ ਨੂੰ ਸੰਭਾਲਣਾ ਮੁਸ਼ਕਲ ਹੈ ਜੇਕਰ ਮੇਰੀ ਮਾਂ ਨਾ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਇਹ ਰਿਕਾਰਡ ਕਰ ਪਾਉਂਦਾ ਉਸਦੇ ਕੇਸ ਬਚਪਨ ਤੋਂ ਹੀ ਲੰਮੇ ਸਨ ਅਤੇ ਜਦੋਂ ਉਹ ਲਗਭਗ 3 ਜਾਂ 4 ਸਾਲਾਂ ਦੀ ਦਾ ਇਸ ਦੇ ਮੋਢਿਆਂ ਤੱਕ ਪਹੁੰਚ ਗਏ ਸਨ। ਸਿਦਕਦੀਪ ਦੱਸਦਾ ਹੈ ਕਿ ਬਚਪਨ ਵਿੱਚ ਜਦੋਂ ਵੀ ਉਹ ਬਾਹਰ ਆਪਣੇ ਕੇਸਾਂ ਨੂੰ ਸਿਕਾਉਂਦਾ ਸੀ ਤਾਂ ਉਸਦੇ ਦੋਸਤ ਉਸ ਨੂੰ ਛਿੜਿਆ ਕਰਦੇ ਸਨ ਜੋ ਉਸ ਨੂੰ ਪਸੰਦ ਨਹੀਂ ਸੀ। ਉਸ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਮਾਪਿਆਂ ਨੂੰ ਕੇਸ ਕੱਟਣ ਦੀ ਬੇਨਤੀ ਵੀ ਕੀਤੀ ਸੀ। ਹਾਲਾਂਕਿ ਹੁਣ ਉਹ ਮਹਿਸੂਸ ਕਰਦਾ ਹੈ ਕਿ ਇਹ ਹੀ ਉਸ ਦੀ ਸ਼ਖਸੀਅਤ ਦਾ ਇੱਕ ਹਿੱਸਾ ਹੈ ਅਤੇ ਉਹ ਇਹਨਾਂ ਨੂੰ ਕਿਸੇ ਤਰ੍ਹਾਂ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਆਪਣੇ ਕੇਸਾਂ ਦੀ ਦੇਖਭਾਲ ਤੋਂ ਇਲਾਵਾ ਸਿਦਕਦੀਪ ਆਪਣਾ ਸਮਾਂ ਪੜ੍ਹਾਈ ਕਰਨ, ਕਸਰਤ ਕਰਨ, ਪੜਨ ਅਤੇ ਵੀਡੀਓ ਗੇਮਾਂ ਖੇਡਣ ਦੇ ਵਿੱਚ ਬਿਤਾਉਂਦਾ ਹੈ। ਉਹ ਇੱਕ ਰਿਕਾਰਡ ਤਾਰਕ ਵਜੋਂ ਮਾਨਤਾ ਪ੍ਰਾਪਤ ਹੋਣ ਤੇ ਖੁਸ਼ ਹੈ। ਉਸਨੇ ਕਿਹਾ ਹੈ ਕਿ ਜਦੋਂ ਮੈਂ ਲੋਕਾਂ ਨੂੰ ਆਪਣੇ ਰਿਕਾਰਡ ਬਾਰੇ ਦੱਸਿਆ ਤਾਂ ਉਹਨਾਂ ਵਿੱਚੋਂ ਜ਼ਿਆਤਰ ਮੇਰੇ ਲਈ ਖੁਸ਼ ਸਨ। ਉਹ ਵੀ ਹੱਸਪੈ। ਪਰ ਅੰਤ ਵਿੱਚ ਵਿਸ਼ਵ ਰਿਕਾਰਡ ਕਿਸ ਦੇ ਕੋਲ ਹੈ? ਗਿਨੇਸ ਵਰਡ ਰਿਕਾਰਡ ਦੀ ਵੈਬਸਾਈਟ ਅਨਸਾਰ ਕਿਸੇ ਨਾਬਾਲਗ ਦੇ ਸਭ ਤੋਂ ਲੰਮੇ ਵਾਲਾਂ ਦਾ ਪਿਛਲਾ ਰਿਕਾਰਡ 200 ਮੀਟਰ ਜਾਨਕੀ 6 ਫੁੱਟ 6 ਇੰਚ ਲੰਮਾ ਸੀ ਜੋ ਕਿ ਸਾਥੀ ਭਾਰਤੀ ਨੀਲੰਚੀ ਪਟੇਲ ਦੇ ਨਾਮ ਹੈ ਉਸਨੇ ਆਖਰਕਾਰ 2021 ਦੇ ਵਿੱਚ ਆਪਣੇ ਵਾਲ ਕੱਟ ਦਿੱਤੇ ਤੇ ਇਹਨਾਂ ਨੂੰ ਇੱਕ ਅਜਾਇਬ ਘਰ ਨੂੰ ਦਾਨ ਕਰ ਦਿੱਤਾ ਇਸ ਵੇਲੇ ਕਿਸੇ ਵੀ ਜਿੰਦਾ ਬੰਦੇ ਦੇ ਨਾਮ ਸਭ ਤੋਂ ਲੰਮੇ ਵਾਲਾਂ ਦਾ ਰਿਕਾਰਡ ਨਹੀਂ ਹੈ ਇਸ ਲਈ ਸਿਦਕਦੀਪ 18 ਸਾਲ ਦਾ ਹੋਣ ਤੇ ਇਹ ਖਿਤਾਬ ਲੈਣ ਲਈ ਤਿਆਰ ਹੈ